Yeah.
चल रहे हैं कि मनुख ऐसे संसार विच पुज गया है ऐसी दुनिया विच जीव रहे हैं ਜਿਹੜੀ ਚਿਲਮਿਲ ਵਿਸਿਆਰ ਦੁਨੀਆ ਫਾਨੀ ਫਾਨੀ ਸੰਸਾਰ ਪਰ ਬਾਹਰੋਂ ਬੜਾ ਚਮਕਦਾਰ ਚਿਲਮਿਲ ਵਿਸਿਆਰ ਦੁਨੀਆ ਫਾਨੀ ਹੈ ਇਹਦੇ ਵਿੱਚ ਠੱਗੀ ਇਹ ਵਿਚਾਰ ਲਗਾਤਾਰ ਚੱਲਦੇ ਹੈ ਤੇ ਠੱਗੀ ਕਿਸ ਨੂੰ ਕਹਿੰਦੇ ਨੇ ਜੋ ਬਾਹਰੋਂ ਹੋਰ ਦਿਸੇ ਅੰਦਰੋਂ ਹੋਰ ਦਿਸੇ ਪਖੰਦੜੋ ਕੀ ਭੁੱਲ ਜਦੋਂ ਠੱਗੀ ਹੋ ਜਾਏ ਬਾਦ ਬਰਬਾਦ ਹੋਣ ਤੋਂ ਬਾਅਦ ਜਾਗ ਵੀ ਪਵੇ ਕੀ ਫਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਥਾਂ ਤੇ ਸਲੋਕਾਂ ਵਿੱਚ ਇਹ ਕਹਿ ਦਿੱਤਾ ਗਿਆ ਕਿ ਮੈਂ ਦੁਨੀਆ ਵੇਖ ਲਈ ਹੁਣ ਮੈਂ
ਪਛਤਾ ਰਿਹਾ। ਤੇ ਲਫ਼ਜ਼ ਬੜੇ ਜਜ਼ਬਾਤ ਵਾਲੇ ਨੇ, ਕਹਿੰਦਾ ਹੈ ਦਾਈ ਕਿਉਂਕਿ ਬੱਚਿਆਂ ਦੇ ਜਨਮ ਵੇਲੇ ਅੱਜ ਕੱਲ੍ਹ ਹੋਸਪਿਟਲ ਦਾ ਇੰਤਜ਼ਾਮ ਹੈ, ਉਦੋਂ ਦਾਈਆਂ ਹੀ ਹੁੰਦੀਆਂ ਸਨ। ਕਹਿੰਦੇ ਨੇ ਹੇ ਦਾਈ ਸੁਣਿਆ ਮੇਰੇ ਜਨਮ ਨੂੰ ਇਸ ਦੁਨੀਆ ਨਾਲ ਸਾਂਝ ਪਾਉਣ ਲਈ ਮੇਰੇ ਪਿਛੋਕੜ ਨਾਲੋਂ ਵੱਖ ਕਰਨ ਲਈ ਤੂੰ ਮੇਰਾ ਨਾੜੂਆ ਕੱਟਿਆ। ਉਦੋਂ ਨਾੜੂਆ ਕੱਟਦੇ ਸਨ। ਲਫ਼ਜ਼ ਬਾਣੀ ਦਾ ਬੜਾ ਜਜ਼ਬਾਤੀ ਹੈ। ਕਹਿਣ ਲੱਗੇ ਹੈ ਦਾਈ ਜਿਹਦੇ ਨਾਲਾ ਕੱਪਿਆ, ਜਿਸ ਦਿਨ ਤੋਂ ਮੇਰਾ ਨਾੜੂਆ ਕੱਟਿਆ ਕਿ ਮੈਂ ਦੁਨੀਆ ਵਿੱਚ ਰਹਿ ਸਕਾਂ, ਚੰਗਾ ਹੁੰਦਾ ਜੇ ਚੁੱਖ ਥੋੜ੍ਹੀ ਜਿਹੀ ਚੁੱਖ ਦਮ ਤੋਂ ਥੋੜ੍ਹੀ ਜਿਹੀ ਮੇਰੀ ਸ਼ਾਹ ਰੱਗ ਦੀ ਨਾੜੀ ਕੱਟ ਦਿੰਦੇ ਹੋ। ਚੰਗਾ ਹੁੰਦਾ ਜੇ ਮੇਰੀ ਥੋੜ੍ਹੀ ਜਿਹੀ ਸ਼ਾਹ ਰੱਗ ਦੀ ਨਾੜੀ ਕੱਟ ਦਿੰਦੀ ਹੋ, ਤਾਂ ਕਿ ਮੈਂ ਦੁਨੀਆ ਅੰਦਰ ਰਹਿੰਦਾ ਹੀ ਨਾ। ਇਹ ਦੁਨੀਆ ਦੇ ਦੁੱਖ, ਇਹ ਭੁਲੇਖੇ ਪਰਮ, ਇਹ ਬਿਖ, ਇਹ ਜ਼ਹਿਰ ਦੁਨੀਆ ਦੀ ਨਾ ਪੀਣੀ ਪੈਂਦੀ। ਬਾਬਾ ਫਰੀਦ ਕਹਿੰਦੇ ਨੇ ਜਿਹਦੇ ਨਾਲਾ ਕੱਪਿਆ, ਜੇ ਗੱਲ ਚ ਕੱਪੇ ਚੁੱਖ ਥੋੜ੍ਹਾ ਜਿਹਾ ਗਲਾ ਕੱਟ ਦਿੰਦੀ ਹੋ, ਜਿਹਦੇ ਨਾਲਾ ਕੱਪਿਆ ਜੇ ਗੱਲ ਕੱਪੇ ਚੁੱਖ, ਉਹ ਭਰੀਏ ਪਵਣ ਨਾ ਇੱਤੀ ਮਾਮਲੇ ਰਹਾਂ ਚ ਸਹਾਣਾ ਇੱਤੀ ਮੁੱਖ। ਸਾਰੇ ਮਾਮਲੇ ਗਿਰੇ ਮੇਰੇ ਗੱਲ ਤਾਂ ਪੈਂਦੇ, ਮੈਂ ਦੁਖੀ ਕਿਉਂ ਹੁੰਦਾ। ਜੇ ਨਾਲਾ ਨਾੜੂਆ ਕੱਟਣ ਦੀ ਬਜਾਏ ਗਲਾ ਕੱਟ ਦਿੰਦੀ। ਬੜੇ ਜਜ਼ਬਾਤੀ ਲੋਕ ਸਨ ਬਾਬਾ ਫਰੀਦ ਦੇ। ਜੇ ਦੇ ਨਾਲਾ ਕੱਪਿਆ ਜੇ ਗੱਲ ਕੱਪੇ ਚੁੱਖ, ਪਵਨ ਨਾ ਇੱਤੀ ਮਾਮਲੇ ਸਹਾ ਨਾ ਇੱਤੀ ਦੁੱਖ। ਕਰਾਂ ਕਿ ਦੁਨੀਆ ਵਿੱਚ ਰਹਿ ਕੇ ਇਸ ਜ਼ਹਿਰ ਨੂੰ ਪਰਖ ਕੇ ਹੀ ਇਹ ਪਤਾ ਲੱਗਾ ਕਿ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਕੋਈ। ਬੜੀ ਚਮਕਦਾਰ, ਇਸੇ ਦਾ ਨਾਂ ਠੱਗੀ ਹੈ, ਜਿਹੜੀ ਬੜੀ ਚਮਕਦਾਰ, ਜਿਹਦੀ ਪਹਿਲਾਂ ਪਛਾਣ ਹੀ ਨਾ ਹੋਵੇ। ਹੁਣ ਇਹ ਹਰ ਵਰਗ ਵਿੱਚ ਠੱਗੀ ਚੱਲ ਰਹੀ ਹੈ, ਹਰ ਵਰਗ ਵਿੱਚ ਲਗਾਤਾਰ ਇਹ ਸਬਜੈਕਟ ਆਪਣਾ 2 ਵੀਕ ਤੋਂ ਚੱਲ ਰਿਹਾ। ਤੇ ਠੱਗੀ ਦਾ ਮਤਲਬ ਹੈ ਉੱਪਰਲਾ ਭੇਸ ਬਦਲਣਾ, ਪਛਾਣ ਬਦਲਣੀ। ਆਹ ਹੁਣੇ ਵੀ ਲਫ਼ਜ਼ ਆਏ ਨੇ ਪਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਵੇਖਣ ਵਿੱਚ
ਭੁੱਲ ਕਿਵੇਂ ਹੋਈ, ਬੇਪਛਾਣ ਕਿਵੇਂ ਹੋਇਆ। ਤੁਮੇ ਨੇ ਆਪਣੀ ਸ਼ਕਲ ਬੜੀ ਖੂਬਸੂਰਤ ਬਣਾ ਲਈ, ਬੜਾ ਸੋਹਣਾ ਦਿਸਣ ਲੱਗ ਪਿਆ। ਮੈਂ ਸਮਝ ਲਿਆ ਖਰਬੂਜ਼ਾ ਹੀ ਹੈ। ਤੁਮਾ ਖਰਬੂਜ਼ੇ ਵਰਗਾ ਦਿਸਣ ਲੱਗ ਪਿਆ, ਪਿਖੰਦੜੋ ਕੀ ਭੁੱਲ। ਤੁਮਾ ਦਿਸਣ ਸੋਹਣਾ, ਬਸ ਇਹੋ ਹੀ ਭੁੱਲ ਬਣਦੀ ਹੈ, ਇਹੋ ਹੀ ਠੱਗੀ ਬਣਦੀ ਹੈ। ਤੇ ਠੱਗੀ ਕਰਨ ਵਾਲੇ ਇਨਸਾਨ ਨੂੰ ਉਹਦੀ ਆਈ ਡੀ, ਉਹਦੀ ਸ਼ਕਲ, ਉਹਦਾ ਭੇਖ, ਉਹਦਾ ਆਰੂਪ, ਉਹਦਾ ਨਾਮ ਬਦਲਣਾ ਪੈਂਦਾ। ਆਪਣਾ ਸਬਜੈਕਟ ਚੱਲ ਰਿਹਾ ਸੀ ਕਿ ਬ੍ਰਹਮਣਿਜ਼ਮ ਨੇ ਵੀ ਇਹੋ ਕੁਝ ਕੀਤਾ, ਇਹੋ ਕੁਝ ਕੀਤਾ। ਉਹਨੇ ਇਹ ਨਹੀਂ ਸਾਡੇ ਨਾਲ ਹੀ ਕੀਤਾ, ਆਪਣਿਆਂ ਨਾਲ ਵੀ ਕੀਤਾ। ਜੇ ਆਪਣਿਆਂ ਨਾਲ ਨਾ ਕੀਤਾ ਹੁੰਦਾ ਤਾਂ ਗੁਰੂ ਨੂੰ ਇਹ ਗੱਲ ਨਾ ਆਖਣੀ ਪੈਂਦੀ, ਹਿੰਦੂ ਮੂਲੇ ਭੂਲੇ ਕੁੱਟੀ ਗਜਾਈ, ਨਾਰਦ ਕਹਿਆ ਸੀ ਪੂਜ ਕਰਾਈ, ਨਾਰਦ ਬ੍ਰਹਮਣ ਆਪਣੇ ਨਾਲ ਵੀ ਕੀਤਾ। ਤੇ ਕਿਸ ਤਰ੍ਹਾਂ ਕੀਤਾ ਉਹਨੇ, ਜੋ ਕੁਝ ਜਿਸ ਤਰ੍ਹਾਂ ਨਾਲ ਕੌਮ ਨੂੰ ਹਿੰਦੂਇਜ਼ਮ ਨੂੰ ਆਪਣੀ ਮੁੱਠੀ ਵਿੱਚ ਤੇ ਆਪਣੇ ਅਧੀਨ ਗੁਲਾਮ ਕਰਕੇ ਰੱਖਣਾ ਸੀ, ਜਿਵੇਂ ਜਿਵੇਂ ਉਹਨਾਂ ਨੂੰ ਚਾਹੁੰਦਾ ਸੀ ਉਵੇਂ ਉਵੇਂ, ਜੋ ਕੁਝ ਲਿਖਿਆ ਲਿਖਿਆ ਆਪਣੇ ਨਾਮ ਤੇ ਨਹੀਂ, ਕਿਸੇ ਬ੍ਰਹਮਾ ਦੇ ਨਾਮ ਤੇ। ਆਪ ਪਿੱਛੇ ਬੈਠਾ ਰਹਿ, ਤੁਸੀਂ ਕਦੀ ਇੱਕ ਪੁਸਤਕ ਹੈ ਪਿਛਲੇ ਦਿਨਾਂ 'ਚ ਕਹਿ ਰਿਹਾ ਸੀ ਅੰਬੇਦਕਰ ਦੀ, ਉਹਨੇ ਹਿੰਦੂਇਜ਼ਮ ਤੇ ਬ੍ਰਹਮਣਿਜ਼ਮ ਤੇ ਬਹੁਤ ਕੁਝ ਲਿਖਿਆ, ਬੜੀ ਖੋਜ ਨਾਲ ਉਹ ਪੜ੍ਹਨ ਵਾਲੀ। ਉਹ ਕਹਿੰਦੇ ਸਾਰੇ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ, ਸਭ ਤੋਂ ਜ਼ਿਆਦਾ ਲਿਟਰੇਚਰ ਜੇ ਦੇਖੀਏ ਧਰਮਾਂ ਦੇ ਅੰਦਰ ਤਾਂ ਸਭ ਤੋਂ ਜ਼ਿਆਦਾ ਹਿੰਦੂਇਜ਼ਮ ਦਾ ਹੈ। ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੇ ਕਹਿਣ ਲੱਗਾ ਆਪ ਹੀ ਕਰਕੇ ਆਪੇ। ਫਿਰ ਥੋੜ੍ਹੀ ਦੇਰ ਬਾਅਦ ਜਦੋਂ ਵੇਖਿਆ ਵੀ ਹੁਣ ਇੰਨਾ ਕੁ ਕੰਮ ਹੋ ਗਿਆ ਅਗਾਂਹ ਤੁਰਨ ਲਈ, ਫਿਰ ਆਪ ਹੀ ਉਹਨਾਂ ਨੂੰ ਖਤਮ ਕਰਦਾ ਗਿਆ, ਉਹਨਾਂ ਦਾ ਪ੍ਰਚਾਰ ਮਿਟਾਉਂਦਾ ਗਿਆ। ਤੇ ਅਖੀਰ ਤੇ ਇੱਥੇ ਲੈ ਆਇਆ ਕਿ ਕੋਈ ਵਿਦਿਆ ਨਹੀਂ ਪੜ੍ਹ ਸਕਦਾ, ਕੋਈ ਸ਼ਾਸਤਰ ਵੇਦ ਨਹੀਂ, ਆਪ ਨਹੀਂ ਡਾਇਰੈਕਟ ਉਹਨਾਂ ਨਾਲ ਸੰਬੰਧਿਤ, ਤੋਂ ਜੋ ਬ੍ਰਾਹਮਣ ਆਖ ਉਹ ਬਣਨਾ ਪਏਗਾ, ਇਹਨੂੰ ਆਖ ਹੈ ਪੜ੍ਹਨ। ਨਾਮ ਵੇਦਾਂ ਸ਼ਾਸਤਰਾਂ ਦਾ ਬ੍ਰਾਹਮਣ ਨਾਲ, ਦੇਵੀ ਦੇਵਤਿਆਂ ਨਾਲ, ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨਾਲ, ਜਿੰਨਾ ਲਿਟਰੇਚਰ ਹੈ ਉਹਨਾਂ ਦਾ ਸੰਬੰਧ ਲਿਖਣ ਦਾ, ਰਿਸ਼ੀਆਂ ਮੁਨੀਆਂ ਦਾ, ਵੱਡੇ ਵੱਡੇ ਦੇਵੀ ਦੇਵਤਿਆਂ ਦਾ, ਅਤੇ ਪ੍ਰਚਾਰ ਸਿਸਟਮ ਸਾਰਾ ਬ੍ਰਾਹਮਣ ਦੇ ਹੱਥ ਵਿੱਚ, ਐਸਾ ਪੈਦਾ ਕਰ ਦਿੱਤਾ। ਚਲੋ ਹੁਣ ਉਹ ਕੁਝ ਤੇ ਉਸੇ ਢੰਗ ਦੀ ਠੱਗੀ ਸਾਡੇ ਵਿੱਚ ਆ ਗਈ, ਪੈਦਾ ਕਰ ਦਿੱਤੀ ਗਈ। ਮੈਂ ਤੁਹਾਨੂੰ ਜਿੱਥੇ ਵੀ ਜਾਣਾ ਚਾਹੁੰਦਾ
ਐਗਜ਼ਾਮਪਲ ਵਜੋਂ ਕਿਉਂਕਿ ਦੋ ਹਫ਼ਤੇ ਹੋ ਗਏ ਨੇ, ਮੈਂ ਹੁਣ ਨਹੀਂ ਚਾਹੁੰਦਾ ਇਸ ਲਈ ਸਬਜੈਕਟ ਨੂੰ ਹੋਰ ਅੱਗੇ ਲੈ ਕੇ ਜਾਵਾਂ। ਇਹ ਵੀ ਮਹਿਸੂਸ ਕਰਨਾ ਕਿ ਤੁਸੀਂ ਸਾਰੇ ਹੋ ਸਕਦਾ ਇਸ ਸਬਜੈਕਟ ਨਾਲ ਇੰਟਰਸਟ ਨਾ ਰੱਖਦੇ ਹੋ, ਪਰ ਗੁਰਮਤਿ ਦੀ ਜਾਣਕਾਰੀ ਅਤੇ ਸ਼੍ਰੀ ਗੋਬਿੰਦ ਸਾਹਿਬ ਦੀ ਮਹਾਨਤਾ ਸਰਵਉੱਚਤਾ ਬਾਰੇ ਜਾਣਨ ਲਈ ਸਾਨੂੰ ਜ਼ਿਆਦਾਤਰ ਰੋਣਾ ਹੀ ਪੈਂਦਾ। ਮੈਂ ਚਾਹੁੰਦਾ ਇਸ ਲਈ ਇੱਥੇ ਆਉਣ ਵਾਲੇ ਵੀਰ ਭੈਣਾਂ ਜਿਹੜੇ ਨੇ ਉਹ ਕਮ ਸੇ ਕਮ ਅਸਲੀਅਤ ਸੱਚ ਤੋਂ ਜਾਣੂ ਹੋਣ। ਸਾਡੇ ਨਾਲ ਉਹ ਕੁਝ ਹੋਏ, ਹੁਣ ਜਿਹੜਾ ਲਿਟਰੇਚਰ ਸਾਨੂੰ ਠੱਗੀ ਕਰਨ ਵਾਲਾ ਸੀ, ਗੁੰਮਰਾਹ ਕਰਨ ਵਾਲਾ ਸੀ, ਉਹ ਸਾਰਾ ਹੋਇਆ ਕਿ ਨਾਮ ਗੁਰੂ ਦਾ ਪਰ ਗੁਰੂ ਤੋਂ ਬਾਅਦ ਲਿਖਿਆ ਗਿਆ। ਹੁਣ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਤੋਂ ਬਾਅਦ ਨਹੀਂ ਲਿਖਿਆ ਗਿਆ, ਫਰਕ ਕੀ? ਇਹਦੇ ਨਾਲ ਵੀ ਗੁਰੂ ਦਾ ਨਾਮ ਜੋੜਦਾ ਵੀ ਗੁਰੂ ਦੀ ਬਾਣੀ, ਪਰ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਆਪਣੇ ਜੀਵਨ ਕਾਲ ਦੇ ਅੰਦਰ ਲਿਖਿਆ ਗਿਆ। ਪਹਿਲਾ ਪ੍ਰਕਾਸ਼ ਵੀ ਹੋ ਗਿਆ, ਪਹਿਲੀ ਸੰਪਾਦਨਾ ਵੀ ਹੋ ਗਈ, ਦੂਜਾ ਪ੍ਰਕਾਸ਼ ਵੀ ਹੋ ਗਿਆ, ਦੂਜੀ ਸੰਪਾਦਨਾ ਵੀ ਹੋ ਗਈ ਸ੍ਰੀ ਗੁਰੂ ਸਾਹਿਬ ਨੇ ਉਸੇ ਜੀਵਨ ਕਾਲ ਵਿੱਚ ਲਿਖਿਆ ਗਿਆ। ਇਸ ਲਈ ਧੋਖਾ ਨਹੀਂ ਸੀ ਹੋ ਸਕਦਾ। ਔਰ ਇੱਕ ਹੋਰ ਖਿਆਲ ਕਰਿਓ, ਧੋਖੇ ਠੱਗੀਆਂ ਛੋਟੀਆਂ ਛੋਟੀਆਂ ਸੰਸਾਰ ਵਿੱਚ ਚੱਲਦੀਆਂ ਨੇ ਜਿਹਨਾਂ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ, ਬਹੁਤਾ ਕਿਸੇ ਨੇ ਸੋਨੇ ਵਿੱਚ ਮੁਲਮਾ ਮਿਲਾ ਦਿੱਤਾ, ਤੰਬਾ ਮਿਲਾ ਦਿੱਤਾ, ਥੋੜ੍ਹਾ ਬਹੁਤਾ ਪੈਸੇ ਦਾ ਨੁਕਸਾਨ, ਦੌਲਤ ਅੰਦਰੋਂ ਵੀ ਮਹਿਸੂਸ ਨਹੀਂ। ਪਰ ਇੱਥੇ ਵਿਖੇ ਠਗਾਉਂਦੀ ਦਾ ਲਫ਼ਜ਼ ਹੈ, ਜਿਹਨੇ ਅੰਮ੍ਰਿਤ ਵਿੱਚ ਜ਼ਹਿਰ ਮਿਲਾ ਦਿੱਤੀ ਉਹ ਸਭ ਤੋਂ ਵੱਡਾ ਖਤਰਾ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੋਇਆ ਕਿ ਅੰਮ੍ਰਿਤ ਸੰਗ ਨਾਹੇ ਰੁਚਤਾਵਤ, ਅੰਮ੍ਰਿਤ ਸੰਗ ਨਾਹੇ ਰੁਚਤਾਵਤ, ਬਿਖ ਠਗੋਰੀ ਪ੍ਰੀਤ। ਨਤੀਜਾ ਇਹ ਹੋਇਆ ਕਿਉਂਕਿ ਅੰਮ੍ਰਿਤ ਦੇ ਵਿੱਚ ਜ਼ਹਿਰ ਮਿਲਾਈ, ਬਾਹਰੋਂ ਅੰਮ੍ਰਿਤ ਦਿਸਦਾ ਸੀ, ਅੰਦਰ ਜ਼ਹਿਰ ਸੀ, ਮਨੁੱਖ ਦੀ ਪ੍ਰੀਤ ਜ਼ਹਿਰ ਨਾਲ ਹੋ ਗਈ, ਅੰਮ੍ਰਿਤ ਨੂੰ ਪਛਾਣ ਨਾ ਸਕਿਆ, ਧੋਖਾ। ਇਹਨੂੰ ਕਹਿੰਦੇ ਠੱਗੀ, ਵਿਖੇ ਠਗੋ, ਜ਼ਹਿਰ ਦੀ ਠੱਗੀ। ਉਹ ਕਰਨ ਲਈ ਬਹੁਤ ਜ਼ਰੂਰੀ ਸੀ ਕਿ ਨਾਮ ਮਹਾਨਤਾ ਦਾ ਵਰਤਿਆ ਜਾਂਦਾ, ਫਰਕ ਦੇਖੋ ਸਾਹਮਣੇ ਨਹੀਂ। ਬਹੁਤ ਮਿਥਾਸ ਜਿੰਨਾ ਬ੍ਰਾਹਮਣਿਜ਼ਮ ਦਾ, ਉਹ ਹਜ਼ਾਰਾਂ ਸਾਲ ਬਾਅਦ ਵਿੱਚ ਲਿਖਿਆ ਗਿਆ, ਹਜ਼ਾਰਾਂ ਸਾਲ ਬਾਅਦ ਦੀ ਕਿਰਤ ਹੈ, ਤੇ ਇਹ ਸਾਬਤ ਨਹੀਂ ਹੁੰਦਾ ਜਿੰਦੀ ਕਿਰਤ ਹੈ। ਆਪਾਂ ਕਹਿੰਦੇ ਹਾਂ ਚਾਰ ਵੇਦ ਬ੍ਰਹਮੰਡ ਵਿੱਚ ਕੋਈ ਸਬੂਤ, ਬ੍ਰਹਮੰਡ ਕਹਿੰਦੇ ਹੀ ਚਾਰੇ ਵੇਦ ਜਿਹੜੇ ਨੇ ਉਹ ਬ੍ਰਹਮਾ ਦੀ ਕਿਰਤ ਨੇ। ਬ੍ਰਹਮਾ ਕੌਣ ਹੈ, ਕਦੋਂ ਪੈਦਾ ਹੋਇਆ, ਕਿੱਥੇ ਪੈਦਾ ਹੋਇਆ? ਕਹਿਤਾ ਉਹ ਕਮਲ ਦੀ ਨਾਲ ਵਿੱਚੋਂ ਪੈਦਾ ਹੋਇਆ ਹੈ। ਬਿਲਕੁਲ ਅਦਭੁਤ ਜੀ ਗੱਲਾਂ ਕਰਕੇ ਕਹਿ ਦਿੱਤਾ ਬ੍ਰਹਮਾ, ਬ੍ਰਹਮਾ ਇੱਥੋਂ ਪੈਦਾ ਹੋਇਆ, ਉਹਨੇ ਚੰਦ ਵੇਦ ਵਿੱਚ ਪਹਿਲਾਂ ਬ੍ਰਹਮਾ ਨੂੰ ਮੰਨੋ ਕਿ ਕਮਲ ਫੁੱਲ ਦੀ ਨਾਲ ਵਿੱਚੋਂ ਪੈਦਾ ਹੋਇਆ,
ਫਿਰ ਉਸ ਤੋਂ ਬਾਅਦ ਹੀ ਵੇਦਾਂ ਨੂੰ ਵੰਡੂਗੇ। ਐਸੇ ਬੁਝਾਰਤਾਂ ਜਿਹੜੇ ਹਿਸਟੋਰੀਕਲ ਚੀਜ਼ਾਂ ਸਨ, ਭਾਵੇਂ ਉਹ ਮਿਥਾਸ ਸੀ ਜਾਂ ਇਤਿਹਾਸ ਸੀ, ਉਹ ਅਸੀਂ ਕੀ ਦੇਖਦੇ ਹਾਂ ਕਿ ਹਜ਼ਾਰਾਂ ਸਾਲ ਬਾਅਦ ਲਿਖਾਈਆਂ ਗਈਆਂ ਅਤੇ ਨਾ ਰਿਸ਼ੀਆਂ ਮੁਨੀਆਂ ਦਾ ਲਿਆ ਗਿਆ। ਵਾਲਮੀਕੀ ਰਮਾਇਣ ਹੈ, ਰਮਾਇਣ ਆਰਾਮ ਤੋਂ ਹਜ਼ਾਰਾਂ ਸਾਲ ਬਾਅਦ ਲਿਖੀ ਗਈ, ਸਭ ਕੁਝ ਬੁਝਾਰਤ ਬਣ ਗਏ। ਹੁਣ ਇਹੋ ਕੁਝ ਇੱਥੇ ਹੋਇਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਉਹ ਗੁਰੂ ਕਾਲ ਅੰਦਰ ਸੰਪਾਦਨਾ ਹੋ ਗਈ, ਉਹਦੇ ਵਿੱਚ ਜ਼ਹਿਰ ਮਿਲਾਈ ਨਹੀਂ ਸੀ ਜਾ ਸਕੀ, ਉਹਦੇ ਵਿੱਚ ਜ਼ਹਿਰ ਮਿਲਾਈ ਨਹੀਂ ਸੀ ਜਾ ਸਕੀ। ਪਰ ਠੱਗੀ ਕਰਨ ਵਾਲੇ ਨੇ ਤਾਂ ਕੁਝ ਵਰਤਣਾ ਸੀ। ਇਹੋ ਕਾਰਨ ਹੈ ਵਿਚਿੱਤਰ ਨਾਨਕ ਦਾ ਗ੍ਰੰਥ ਗੁਰੂ ਦਸਮ ਪਾਤਸ਼ਾਹ ਜੀ ਤੋਂ ਵਰ੍ਹਿਆਂ ਬਾਅਦ ਜਿਹੜਾ ਸਾਬਤ ਅੱਜ ਵੀ ਹੁੰਦਾ, ਇੱਕ ਇੱਕ ਚੀਜ਼ ਸਾਡੇ ਕੋਲ ਸਬੂਤ ਵਜੋਂ ਹੈ। ਅੱਜ ਵੀ ਪਤਾ ਹੁੰਦਾ ਵੀ ਗੁਰੂ ਸਾਹਿਬ ਤੋਂ ਘੱਟੋ ਘੱਟ 50 ਵਰ੍ਹੇ ਬਾਅਦ ਤਾਂ ਪਹਿਲੀ ਸਮੱਗਰੀ ਇਕੱਠੀ ਹੋਈ ਹੈ। ਉਹ ਸਫ਼ੇ ਵੀ ਸਾਰੇ, ਸਮੱਗਰੀ ਵੀ ਸਾਰੀ ਇਹ ਨਹੀਂ ਜੋ ਅੱਜ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਜਿੱਥੇ ਲਿਆਉਣਾ ਚੱਕ ਸਬੂਤ ਵਜੋਂ। ਅਤੇ ਗੁਰੂ ਸਾਹਿਬ ਤੋਂ ਬਾਅਦ ਗੁਰੂ ਕਾਲ ਵਿੱਚ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਕਾਲ ਵਿੱਚ ਹੈ। ਗੁਰੂ ਕਾਲ ਵਿੱਚ ਹੋਣ ਵਾਸਤੇ ਹੋਣ ਕਾਰਨ ਵਿੱਚ ਭੁਲੇਖਾ ਨਹੀਂ ਪਾਇਆ ਜਾ ਸਕਦਾ, ਉਹ ਗੁਰੂ ਕਾਲ ਤੋਂ ਬਾਅਦ ਹੈ। ਹੁਣ ਮੈਂ ਤੁਹਾਡੇ ਸਾਹਮਣੇ ਕੁਛ ਚੀਜ਼ਾਂ ਉਹ ਰੱਖਣਾ ਚਾਹੁੰਦਾ ਜਿਹੜੀਆਂ ਬਕਾਇਦਾ ਹਿਸਟੋਰੀਕਲ ਹੈ, ਤਾਂ ਕਿ ਸਾਡੇ ਜਿਹੜੀ ਸੰਗਤ ਇੱਥੇ ਹੁੰਦੀ ਹੈ ਉਹਨੂੰ ਤਾਂ ਪਤਾ ਹੋਵੇ ਸਾਰੀ ਚੀਜ਼ ਦਾ। ਡਾਕਟਰ ਰਤਨ ਸਿੰਘ ਜੱਗੀ ਹੈ ਜਿਹਨੇ ਬੜੀ ਰਿਸਰਚ ਕੀਤੀ ਹੈ ਦਸਮ ਗ੍ਰੰਥ ਤੇ, ਜਿਹੜਾ ਸਭ ਤੋਂ ਵੱਡਾ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਿਲਦਾ ਅੱਜ ਉਹ ਰਤਨ ਸਿੰਘ ਜੱਗੀ ਦਾ ਹੈ। ਉਹਦਾ ਇੱਕ ਥੀਸਿਸ ਜਿਹਦੇ ਤੇ ਉਹਨੇ PhD ਕੀਤੀ ਹੈ ਉਹ ਹੈ ਦਸਮ ਗ੍ਰੰਥ ਦਾ ਕਰਤੱਤਵ, ਇਹਦੇ 'ਤੇ ਉਹਨੇ PhD ਕੀਤੀ ਹੈ। ਬੜਾ ਵੱਡਾ ਥੀਸਿਸ, ਬੜੀ ਖੋਜ ਕੀਤੀ। ਅਤੇ ਸਵਾਲ ਇੱਕੋ ਹੀ ਹੈ ਵੀ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ? ਉਹ ਆਪਣੇ ਇਸ ਕਿਤਾਬ ਦੇ ਇਸ ਥੀਸਿਸ ਦੇ ਆਰੰਭ ਵਿੱਚ ਸਾਰੀ ਰਿਸਰਚ ਤੋਂ ਬਾਅਦ ਇਹ ਗੱਲ ਲਿਖਦਾ ਕਿ ਇੱਕੋ ਇੱਕ ਇਹ ਗ੍ਰੰਥ ਹੈ ਜਿਹੜਾ ਕਰਤੱਤਵ ਅਧੀਨ ਹੈ, ਜਿਹਦਾ ਕੋਈ ਲਿਖਾਰੀ ਅੱਜ ਤੱਕ ਸਾਬਤ ਨਹੀਂ ਹੋ ਸਕਿਆ, ਸਪਸ਼ਟ ਨਹੀਂ ਹੋ ਸਕਿਆ। ਅਤੇ ਜਦੋਂ ਤੋਂ ਇਹ ਗ੍ਰੰਥ ਪੈਦਾ ਹੋਇਆ ਉਦੋਂ ਤੋਂ ਹੀ ਵਿਵਾਦਾਂ ਵਿੱਚ ਘਿਰਿਆ ਹੋਇਆ। ਅੱਜ ਇਹ ਉਹਦੇ ਲਫ਼ਜ਼ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ, ਉਹਦੀਆਂ ਕਾਪੀਆਂ ਵੀ ਹੋਈਆਂ, ਮੈਂ ਤੁਹਾਨੂੰ ਜਿੱਥੇ ਲਿਜਾਣਾ ਚਾਹੁੰਦਾ ਕੁਝ ਸਬੂਤਾਂ ਸਹਿਤ। ਉਹ ਆਪਣੀ ਉਸ ਰਿਸਰਚ ਵਿੱਚ ਗਿਆਨੀ ਗਿਆਨ ਸਿੰਘ ਜੀ ਦੀ ਇੱਕ ਆਪਣੀ ਲਿਖਤ ਦਾ ਉਦਾਹਰਣ ਐਗਜ਼ਾਮਪਲ ਦਿੰਦਾ। ਉਹ ਕਹਿੰਦਾ ਦੂਜੀ ਕਾਪੀ ਜਿਹੜੀ ਹੈ ਇਸ ਵਿਚਿੱਤਰ ਨਾਟਕ ਦੀ, ਪਹਿਲੀ ਤਾਂ ਭਾਈ ਮਨੀ ਸਿੰਘ ਨਾਲ ਜੋੜੀ ਜਾਂਦੀ ਹੈ, ਦੂਜੀ ਭਾਈ ਸੁੱਖਾ ਸਿੰਘ ਨਾਲ। ਅਤੇ ਭਾਈ ਸੁੱਖਾ ਸਿੰਘ ਕੌਣ ਹੈ? ਪਟਨਾ ਸਾਹਿਬ ਦਾ ਗ੍ਰੰਥੀ,
ਪਟਨਾ ਸਾਹਿਬ ਦਾ ਉਹ ਗ੍ਰੰਥੀ ਸੀ। ਉਹਦਾ ਬੇਟਾ ਸੀ ਚੜ੍ਹਤ ਸਿੰਘ, ਮੈਂ ਤੁਹਾਨੂੰ ਉਹਦੇ ਹਵਾਲੇ ਲਿਖ ਕੇ ਤੁਹਾਡੇ ਸਾਹਮਣੇ ਰੱਖ ਲਿਆ। ਉਹਦਾ ਬੇਟਾ ਸੀ ਚੜ੍ਹਤ ਸਿੰਘ, ਅਤੇ ਚੜ੍ਹਤ ਸਿੰਘ ਜਿਹੜਾ ਉਹਨੂੰ ਅਭਿਆਸ ਸੀ ਕਿ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਦਾ, ਅੱਖਰਾਂ ਦਾ ਬਿਲਕੁਲ ਉਹੋ ਹੀ ਨਮੂਨਾ ਬਣਾ ਕੇ ਅਭਿਆਸ ਕੀਤਾ ਹੋਇਆ ਸੀ। ਇਹ ਗਿਆਨੀ ਗਿਆਨ ਸਿੰਘ ਦੇ ਲਫ਼ਜ਼ ਨੇ। ਉਹ ਕਹਿੰਦਾ ਸੁੱਖਾ ਸਿੰਘ ਗ੍ਰੰਥੀ ਔਰ ਰਚੀ ਬੀੜ ਪਟਨੇ ਮੈਂ ਗੌਰ, ਉਹਨਾਂ ਚੜ੍ਹਤ ਸਿੰਘ ਟਾਂਕੇ ਪੂਤ ਅੱਖਰ ਦਸਮ ਗੁਰੂ ਸਮਸੂਤ, ਔਰ ਗ੍ਰੰਥ ਇੱਕ ਵੈਸਾ ਕੀਓ ਸੋ ਬਾਵੇ ਹਾਕਮ ਸਿੰਘ ਲਈਓ, ਸੋ ਗੁਰਦੁਆਰੇ ਮੋਤੀ ਬਾਗ ਹੈ ਅਬ ਹਮਨੇ ਪਿਖਿਓ ਬੈਲਾਗ। ਔਰ ਗ੍ਰੰਥ ਕਈ ਉਹਨ ਲਿਖੇ, ਅੱਖਰ ਗੁਰਸਮ ਹੈ ਹਮ ਪਿਖੇ ਗੁਰੂ ਸਮਾਨ, ਉਹਦੇ ਵਰਗੇ ਗੁਰੂ ਦਸਮ ਪਾਤਸ਼ਾਹ ਜੀ ਵਰਗੇ ਅੱਖਰ ਬਣਾ ਕੇ। ਕਹਿੰਦਾ ਅੱਖਰ ਗੁਰ ਸਮਾਨ ਹਮ ਪਿਖੇ, ਦਸਖਤ ਦਸਮ ਗੁਰੂ ਕੇ ਕਹਿ ਕੇ ਕੀਮਤ ਲਈ ਚੌਗਣੀ ਚਹਿ ਕੇ। ਲੋਕਾਂ ਨੂੰ ਇਹ ਕਹਿੰਦਾ ਰਿਹਾ, ਆਪ ਦਸਖਤ ਕਰਦਾ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਅੱਖਰ ਵੀ ਉਹ ਜਿਹੇ ਬਣਾ ਕੇ ਲਿਖਦਾ ਰਿਹਾ, ਅਤੇ ਲਿਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਇਹ ਉਹਨਾਂ ਦੀ ਹੱਥ ਲਿਖਤ ਹੈ, ਚੌਗਣੀ ਕੀਮਤ ਵੱਟਦਾ ਰਿਹਾ। ਹੁਣ ਇੱਥੇ ਬਸ ਨਹੀਂ, ਉਹੋ ਹੀ ਉਹਨੇ ਬੀੜ ਦਿੱਤੀ ਇੱਕ ਭਾਈ ਹਾਕਮ ਸਿੰਘ ਨੂੰ, ਹਾਕਮ ਸਿੰਘ ਦੇ ਪੁੱਤਰ ਨਰ ਸਿੰਘ ਕੋਲ ਗਈ, ਉਹੋ ਬੀੜ ਅੱਜ ਕੱਲ੍ਹ ਮੋਤੀ ਬਾਗ ਪਟਿਆਲੇ ਵਿੱਚ ਹੈ। ਤਾਂ ਮੈਂ ਤੁਹਾਨੂੰ ਸੰਖੇਪ ਵਿੱਚ ਅੱਗੇ ਲਿਜਾਣਾ ਚਾਹੁੰਦਾ, ਜਿੱਥੇ ਪਹੁੰਚਾਉਣਾ ਚਾਹੁੰਦਾ। ਉਹ ਕਹਿੰਦਾ ਵੀ ਉਹਨੂੰ ਆਦਤ ਸੀ, ਸੁਭਾਅ ਸੀ, ਉਹਨੇ ਇੱਕ ਨਹੀਂ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਮ ਥੱਲੇ ਬਹੁਤ ਸਾਰੇ ਹੋਰ ਵੀ ਗ੍ਰੰਥ ਲਿਖੇ, ਐਸ ਔਰ ਇਹ ਗ੍ਰੰਥ ਕਈ ਉਹਨੇ ਲਿਖੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ, ਉਹਨਾਂ ਵਰਗੇ ਅੱਖਰ ਪਾ ਕੇ। ਉਹਦੀਆਂ ਲਿਖਤਾਂ ਵਿੱਚ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਤੇ ਉਹ ਕਹਿੰਦਾ ਇਹ ਗ੍ਰੰਥ ਵੀ ਔਰ ਗ੍ਰੰਥ ਇੱਕ ਵੈਸਾ ਕੀ ਉਹ ਬਿਲਕੁਲ ਵਿਚਿੱਤਰ ਨਾਟਕ ਵਰਗਾ ਇੱਕ ਗ੍ਰੰਥ ਉਹਨੇ ਗੁਰੂ ਦਸਮ ਪਾਤਸ਼ਾਹ ਜੀ ਦੇ ਅੱਖਰਾਂ ਵਿੱਚ ਬਿਲਕੁਲ ਉਸੇ ਤਰ੍ਹਾਂ ਦਾ ਧੋਖਾ ਕਰਕੇ, ਉਸੇ ਕਿਸਮ ਦਾ ਰੂਪ ਬਣਾ ਕੇ ਤੇ ਸਾਈਨ ਕਰਕੇ ਲਿਖਿਆ। ਇਹ ਗੁਰੂ ਸਾਹਿਬ ਤੋਂ ਬਾਅਦ ਹੀ ਹੋਇਆ। ਇੱਥੇ ਬਸ ਮੈਂ ਹੁਣ ਜਿਹੜੀ ਸਭ ਤੋਂ ਖਤਰਨਾਕ ਚੀਜ਼, ਜਿਹੜਾ ਮੇਰਾ ਮਨ ਨਹੀਂ ਸੀ ਕਰਦਾ ਮੈਂ ਸੰਗਤ ਵਿੱਚ ਰੱਖਾਂ, ਪਰ ਮੇਰੀ ਮਜਬੂਰੀ ਹੈ, ਮੇਰਾ ਆਪਣਾ ਦਿਲ ਕੰਬਦਾ ਹੈ, ਮੈਂ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਾਂ। ਉਹ ਕਹਿੰਦਾ ਉਸੇ ਪਟਨੇ ਵਿੱਚ ਜਿੱਥੇ ਹੁਕਮਨਾਮਿਆਂ ਦਾ ਸੰਗ੍ਰਹਿ ਹੈ, ਗੁਰੂ ਸਾਹਿਬ ਦੇ ਵਕਤ ਦੇ ਹੀ ਕਈ ਹੁਕਮਨਾਮੇ ਪਏ ਨੇ, ਉਸੇ ਪਟਨਾ ਤਖਤ ਦੇ ਆਪਣੇ ਤੋਸ਼ੇਖਾਨੇ ਵਿੱਚ ਇੱਕ ਹੁਕਮਨਾਮਾ ਹੈ, ਜਿੱਥੇ ਪਟਨਾ ਦੇ ਅੰਦਰ ਸੁੱਖਾ ਸਿੰਘ ਤੇ ਚੜ੍ਹਤ ਸਿੰਘ ਰਹਿੰਦੇ ਨੇ, ਉਸ ਟਾਈਮ ਦਾ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ ਕਿ ਉਹ ਲਿਖਾਈ ਵੀ ਦੱਸਦਾ, ਕਹਿੰਦਾ 1818 ਵਿੱਚ ਤਾਂ ਪਹਿਲਾ ਗ੍ਰੰਥ ਸਾਹਮਣੇ ਆਇਆ, 1818 ਵਿੱਚ ਕਿੰਨੇ ਸਾਲ ਗੁਰੂ ਸਾਹਿਬ ਤੋਂ ਵੱਖ ਵੱਖ ਹੋਇਆ। ਪਰ ਜਿੱਥੇ ਉਹ ਲਿਜਾਣਾ ਚਾਹੁੰਦਾ, ਉਹ ਕਹਿੰਦਾ ਬਿਲਕੁਲ ਉਹੋ ਸ਼ਕਲ ਬਣਾ ਕੇ ਉਹਨੇ ਬੀੜ ਦੇ ਅੱਖਰ ਲਿਖੇ। ਤੇ ਹੁਣ ਮੇਰੀ ਸਾਹਮਣੇ ਕਹਿਣ ਲੱਗਾ ਜਿਹੜੀ ਚੀਜ਼ ਆਉਂਦੀ ਹੈ ਉਹ ਇਹ ਕਿ ਉਸ ਪਟਨੇ ਵਿੱਚ ਹੁਕਮਨਾਮੇ ਪਏ ਨੇ। ਕਹਿੰਦਾ ਦਸਮ ਗੁਰੂ ਦੇ ਕਈ ਹੁਕਮਨਾਮੇ ਮਿਲਦੇ ਹਨ, ਇਹਨਾਂ ਵਿੱਚੋਂ ਪਟਿਆਲੇ ਅਤੇ ਮਾਛੀਵਾੜੇ ਦੇ
ਵਾਲੇ ਕੁਝ ਹੁਕਮਰਾਨਾਂ ਨੂੰ ਛੱਡ ਕੇ ਬਾਕੀਆਂ ਦੇ ਸੰਬੰਧ ਵਿੱਚ ਕਹਿਣਾ ਔਖਾ ਹੈ ਤੇ ਉਹ ਸਾਰੇ ਪ੍ਰਮਾਣਿਕ ਹਨ। ਅੱਗੇ ਜਾ ਕੇ ਕਹਿੰਦਾ ਪਟਨੇ ਵਾਲਾ ਹੁਕਮਨਾਮਾ, ਇੱਕ ਹੁਕਮਨਾਮਾ ਹਰਿਮੰਦਰ ਜਨਮ ਅਸਥਾਨ ਪਟਨਾ ਵਿੱਚ ਸੁਰੱਖਿਅਤ ਹੈ ਅਤੇ ਇਸ ਨੂੰ ਪਟਨੇ ਦੀ ਸੰਗਤ ਦੇ ਨਾਂ ਤੇ ਜਾਰੀ ਕੀਤਾ ਗਿਆ ਜਾਂਦਾ ਹੈ, ਕਿਹਾ ਜਾਂਦਾ ਹੈ। ਇਸ ਹੁਕਮਨਾਮੇ ਦਾ ਇਸ ਤੋਂ ਅੱਧ ਕੇ ਇਤਿਹਾਸ ਦੱਸਣ ਵਿੱਚ ਉੱਥੋਂ ਦੇ ਪ੍ਰਬੰਧਕ ਵੀ ਅਸਮਰੱਥ ਹਨ, ਨਹੀਂ ਕੁਝ ਦੱਸ ਸਕਦੇ। ਜੇ ਉਹਨਾਂ ਕੋਲ ਪੁੱਛੀਏ ਵੀ ਇਸ ਹੁਕਮਨਾਮੇ ਦਾ ਕੀ ਇਤਿਹਾਸ ਹੈ ਤੇ ਦੱਸ ਨਹੀਂ ਸਕਦੇ। ਪਰ ਅਜੀਬ ਘਟਨਾ ਇਹ ਹੈ ਕਿ ਜਿਸ ਹੁਕਮਨਾਮੇ ਬਾਰੇ ਤੁਸੀਂ ਦੱਸ ਹੀ ਕੁਝ ਨਹੀਂ ਸਕਦੇ ਤੇ ਉਹ ਗੁਰਮਤ ਨਾਲ ਮੇਲ ਵੀ ਨਹੀਂ ਖਾਂਦਾ, ਗੁਰੂ ਕੇ ਸਿਧਾਂਤ ਦੇ ਬਿਲਕੁਲ ਵਿਰੋਧੀ ਹੈ, ਉਹ ਹੁਕਮਨਾਮਾ ਤੁਸੀਂ ਉੱਥੋਂ ਦੇ ਤੋਸ਼ੇਖਾਨੇ 'ਚ ਸਾਂਭ ਕੇ ਕਿਉਂ ਰੱਖਿਆ ਹੋਇਆ? ਤੁਹਾਡੇ ਕੋਲ ਕੋਈ ਸਬੂਤ ਨਹੀਂ, ਗੁਰਮਤ ਨਾਲ ਮੇਲ ਨਹੀਂ ਖਾਂਦਾ। ਜਾਂ ਤੁਸੀਂ ਮੰਨੋ, ਇਸ ਦਾ ਮਤਲਬ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਾਂ ਤੁਸੀਂ ਤੋਸ਼ੇਖਾਨੇ 'ਚ ਰੱਖਿਆ, ਜੇ ਤੁਸੀਂ ਮੰਨਦੇ ਹੋ ਤਾਂ ਕੌਮ ਨੂੰ ਕੀ ਜਵਾਬ ਦਿਓਗੇ? ਹੁਣ ਦੇਖਣਾ ਹੈ ਵੀ ਉਸ ਹੁਕਮਨਾਮੇ ਦੇ ਬਾਰੇ ਉਹਦੀ ਕਾਫੀ ਉਹਦੇ ਨਾਲ ਲੈ ਲਈ। ਮੈਂ ਤੁਹਾਡੇ ਸਾਹਮਣੇ ਜਿਹੜੀ ਚੀਜ਼ ਰੱਖਣਾ ਚਾਹੁੰਦਾ, ਬੜੇ ਵੱਡੇ ਦਿਲ ਨਾਲ ਅੱਜ ਇਸ ਗੱਲ ਨੂੰ, ਸੱਚਾਈ ਨੂੰ ਸਮਝਿਓ ਅਤੇ ਸੁਣਿਓ ਤਾਂ ਕਿ ਅਸੀਂ ਤੇ ਮਨ ਦਾ ਕੋਈ ਫੈਸਲਾ ਕਰ ਸਕੀਏ। ਜਿਹੜੇ ਵੀਰ ਭੈਣਾਂ ਅਜੇ ਵੀ ਸ਼ੰਕੇ ਵਿੱਚ ਨੇ ਨਾ ਕਿ ਖੌਰੇ ਕਿਹੜੀ ਸੱਚਾਈ ਹੈ ਕਿਹੜੀ ਸੱਚਾਈ ਹੈ, ਮੈਂ ਉਹ ਤਾਂ ਰੱਖਣਾ ਚਾਹੁੰਦਾ। ਉਸ ਹੁਕਮਨਾਮੇ ਦੇ ਲਫ਼ਜ਼ ਇਹ ਨੇ, ਸਰਬੱਤ ਸੰਗਤ ਪਟਨੇ ਦੀ, ਗੁਰੂ ਰੱਖੇਗਾ, ਅੱਖਰੀ 1,000 ਰੁਪਇਆ ਹੁੰਡੀ ਕਰਕੇ ਭੇਜੋ, ਹੁੱਕੇ ਚਿਲਮਾ ਸ਼ਤਾਬੀ ਭੇਜੋ। ਅੱਗੇ ਲਿਖਦੇ ਨੇ ਹੁੱਕੇ ਹੁੰਡੀ ਸ਼ਤਾਬ ਭੇਜਣੇ ਨਿਹਾਲ ਹੋਏ ਕੱਤਕ, ਸ੍ਰੀ ਸਤਿਗੁਰੂ ਜੀ ਦੀ ਆਗਿਆ ਹੈ, ਸਰਬ ਸੰਗਤ ਪਟਨੇ ਦੀ, ਅਕਾਲ ਪੁਰਖ ਦਾ ਖਾਲਸਾ ਹੈ, ਗੁਰੂ ਰੱਖੇਗਾ, ਗੁਰੂ ਗੁਰੂ ਜਪਣਾ ਜਨਮ ਸਵਰੇਗਾ, ਪਾਸ ਜੋ ਫਰਮਾਇਸ਼ ਹੁੱਕਿਆਂ ਦੀ, ਸੋ ਤਰ੍ਹਾਂ ਤਰ੍ਹਾਂ ਦੇ ਰੰਗ ਰੰਗ ਦੇ ਹੁੱਕੇ, ਸ਼ੀਸ਼ੇ ਦੇ ਵਾ ਚਿਲਮਾ ਵਾ ਚਿਲਮਚੀ ਵਾ ਆਬ ਖੋਰੇ, ਜਾਂ ਥੱਲੇ ਹੁੱਕੇ ਦੇ ਪਾਣੀ ਵਾਲਾ ਆਬ ਖੋਰੇ ਨੂੰ ਕਹਿੰਦੇ ਹੁੰਦੇ ਤੇ ਜਿਹਦੇ ਵਿੱਚ ਪਾਣੀ ਪਾਇਆ ਜਾਂਦਾ। ਹੁਣ ਸੋਚਿਓ ਇਹ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਤੋਸ਼ੇਖਾਨੇ ਪਟਨੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ, ਕਿਉਂ ਰੱਖਿਆ ਹੋਇਆ ਹੈ? ਜਾਂ ਤੁਸੀਂ ਮੰਨਦੇ ਹੋ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮਨਾਮਾ ਹੈ? ਕੀ ਇਹ ਮੰਨ ਸਕਦੇ ਹੋ ਕਿ ਭਲਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਤੰਬਾਕੂ ਪੀਣਾ, ਸਿਗਰਟ ਪੀਣਾ ਜਿਹੜਾ ਸਾਡੀ ਪ੍ਰਾਇਤ ਹੈ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ ਲਿਖਿਆ ਹੋਇਆ ਇਹ ਹੁਕਮਨਾਮਾ ਕਿ ਮੈਨੂੰ ਹੁੱਕੇ ਭੇਜੋ, ਮੈਨੂੰ ਚਿਲਮਾ ਭੇਜੋ, ਮੈਨੂੰ ਫਿਰ ਸੰਗਤਾਂ ਦੇ ਨਾਮ, ਇਹਦਾ ਮਤਲਬ ਗੁਰੂ ਸੰਗਤਾਂ ਨਾਲ ਇਹ ਚੀਜ਼ਾਂ ਸਾਂਝੀਆਂ ਕਰ ਸਕਦੇ ਸਨ, ਅਤੇ ਜੇ ਕਰ ਸਕਦੇ ਸਨ ਤਾਂ ਫਿਰ ਉਹਨਾਂ ਚੌਥੀ ਪ੍ਰਾਇਤ ਤੰਬਾਕੂ ਕਿਵੇਂ ਰੱਖਿਆ? ਸੰਗਤ ਦੇ ਵਿੱਚ ਉਹ ਇਹ ਹੁਕਮਨਾਮੇ ਭੇਜ ਸਕਦੇ ਨੇ? ਸੋਚਿਓ, ਮੇਰਾ ਮਨ ਕਲਪਦਾ ਇਸ ਗੱਲ ਤੋਂ ਹੈ ਕਿ ਕੌਮ ਦੇ ਸਾਹਮਣੇ ਅੱਜ ਵਰ੍ਹਿਆਂ ਤੋਂ ਸੱਚਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਜੇ ਤੱਕ ਵੀ ਕੁਝ ਸ਼ੰਕਾਵਾਦੀ ਲੋਕ ਸ਼ੰਕੇ ਵਿੱਚ ਬੈਠੇ ਨੇ ਕਿ ਸਾਡੇ ਨਾਲ ਹੋ ਕੀ ਰਿਹਾ। ਅੱਜ ਤੋਂ 20-50-100 ਸਾਲ ਬਾਅਦ ਜੇ ਇਹੋ ਹੀ ਹੁਕਮਨਾਮੇ ਉੱਥੋਂ ਦੇ ਤੋਸ਼ੇਖਾਨੇ ਤੋਂ ਨਿਕਲਣਗੇ ਤੇ ਲੋਕਾਂ ਦੇ ਸਾਹਮਣੇ ਜਾਣਗੇ, ਕਿ ਲੋਕ ਤੰਬਾਕੂ ਜਾਂ ਹੁੱਕਾ ਛੱਡ ਸਕਣਗੇ? ਸਿੱਖਾਂ ਦੀ ਕੁੜੈਤ ਰਹਿ ਸਕੇਗੀ ਇਸ ਗੱਲ ਦੇ? ਉੱਥੇ ਲਫ਼ਜ਼ ਲਿਖਦਾ ਹੈ, ਕਹਿੰਦਾ ਹੁੱਕੇ ਦੀ ਹੁੱਕੇ ਨੀਲੇ ਰੰਗ ਕੇ ਬਹੁਤ ਹੋਵਣ, ਸੰਗਤ ਜੀ ਹੁਕਮ ਦੇਖਦੇ ਦੇਣੇ, ਜੋ ਸਿੱਖ ਭੇਜੇਗਾ ਸੋ ਨਿਹਾਲ ਹੋਵੇਗਾ। ਸੰਗਤ ਜੀ ਹੁੱਕੇ ਸ਼ਤਾਬ ਭੇਜਣੇ, ਨੀਲੇ ਸੁਨਹਿਰੀ ਭੇਜਣੇ, ਅੱਗੇ ਵੀ ਹੁਕਮ ਭੇਜਾ ਥਾ ਟਿਲ ਨਹੀਂ ਕਰਨੀ, ਨਿਹਾਲ ਹੋਏ ਬੋੜੀ ਹੋਵੇਗੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ 'ਤੇ
ਤੁਹਾਡਾ ਕਿਸੇ ਦਾ ਮਨ ਮੰਨਦਾ ਕਿ ਮੈਂ ਇਹਨਾਂ ਹੁਕਮਨਾਮਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਝ ਸਕਣਾ? ਤੇ ਜੇ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ ਕਿਸੇ ਤੋਸ਼ੇ, ਉਹ ਵੀ ਕਿਸੇ ਹੋਰ ਤੋਸ਼ੇਖਾਨੇ ਵਿੱਚ ਨਹੀਂ, ਪਟਨੇ ਤਖਤ ਦੇ ਤੋਸ਼ੇਖਾਨੇ ਵਿੱਚ ਮੌਜੂਦ ਹੋਣ, ਤੇ ਫਿਰ ਸੋਚਿਓ ਸਾਡੀ ਕੌਮ ਨੂੰ ਕਿੱਥੇ ਕੋਈ ਲਿਜਾਣਾ ਚਾਹੁੰਦਾ ਹੈ? ਜੇ ਇਹਨੇ ਇਸ ਕਿਸਮ ਦੇ ਹੁਕਮਨਾਮੇ ਲਿਖੇ ਜਾ ਸਕਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ, ਤਾਂ ਵਿਚਿਤਰ ਨਾਟਕ ਗ੍ਰੰਥ ਨਹੀਂ ਲਿਖਿਆ? ਜਿਹਨੇ ਇਹ ਹੁਕਮਨਾਮਾ ਲਿਖਿਆ ਉਹ ਵਿਚਿਤਰ ਨਾਟਕ ਗ੍ਰੰਥ ਨਹੀਂ ਲਿਖ ਸਕਦਾ? ਉਹ ਭੈਣੋ, ਇਹ ਸਾਡੇ ਸਾਹਮਣੇ ਆਉਂਦਾ ਤੇ ਅਸਰ ਦਾ ਦਿਲ ਕੰਬਦਾ, ਉਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਨੇ, ਕਿਉਂਕਿ ਅਸੀਂ ਪੜ੍ਹ ਨਹੀਂ ਸਕਦੇ, ਸਮਝ ਨਹੀਂ ਸਕਦੇ, ਸਾਡੇ ਕੋਲ ਸਮਾਂ ਨਹੀਂ, ਇਸ ਲਈ ਅਸੀਂ ਉਸ ਠੱਗੀ ਵਿੱਚ ਧੋਖਾ ਖਾ ਰਹੇ ਹਾਂ। ਲਿਖਤੀ ਚੀਜ਼ਾਂ ਨੇ, ਇੱਕ ਮੈਂ ਆਪਣੇ ਕੋਲੋਂ ਨਹੀਂ ਬਣਾਈ, ਕਿਤਾਬਾਂ ਦਿਖਾ ਸਕਣਾ, ਇੱਥੇ ਕਿਤਾਬਾਂ ਦੇ ਨਾਮ ਦੱਸ ਸਕਣਾ, ਲਿਖਾਰੀਆਂ ਦੇ ਨਾਂ, ਲਿਖਾਰੀ ਜੱਗੀ ਤਾਂ ਹੁਣ ਮੌਜੂਦ ਬੈਠਾ ਹੈ, ਉਹਦੀ ਰਿਸਰਚ ਸਾਰੀ, ਗਿਆਨੀ ਗਿਆਨ ਸਿੰਘ ਦੀਆਂ ਲਿਖਤਾਂ ਸਾਰੀਆਂ ਮੌਜੂਦ ਨੇ, ਉਹਨੇ ਜਿਵੇਂ ਰਿਸਰਚ ਕੀਤੀ ਹੈ, ਜੇ ਉੱਥੇ ਗਿਆ ਉਹ ਕਹਿੰਦਾ ਮੈਂ ਗਿਆ, ਜਾ ਕੇ ਪਟਨੇ ਵਾਲਿਆਂ ਕੋਲੋਂ ਪੁੱਛਿਆ, ਜਦੋਂ ਸਾਰੇ ਮੈਂ ਉੱਥੇ ਹੁਕਮਨਾਮੇ ਦੇਖੇ ਤੇ ਉਹਦੇ 'ਚ ਇਹ ਹੁਕਮਨਾਮਾ ਵੀ ਪੜ੍ਹਿਆ, ਤੇ ਇੱਕ ਪੜ੍ਹ ਕੇ ਮੈਂ ਉੱਥੋਂ ਦੇ ਪ੍ਰਬੰਧਕਾਂ ਕੋਲੋਂ ਪੁੱਛਿਆ ਕਿ ਹੁਕਮਨਾਮੇ ਦੀ ਮੈਨੂੰ ਹਿਸਟਰੀ ਦੱਸੋ, ਕਦੋਂ ਲਿਖੇ ਗਿਆ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ? ਤੇ ਉਹ ਕਹਿੰਦਾ ਜਿੰਨੇ ਪ੍ਰਬੰਧਕ ਸਨ ਉਹ ਬੋਲਣ ਤੋਂ, ਜਵਾਬ ਦੇਣ ਤੋਂ, ਸਮਝਾਉਣ ਤੋਂ ਅਸਮਰਥ ਸਨ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਜਿਹੜੀਆਂ ਚੀਜ਼ਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਹੁਕਮਨਾਮੇ ਦੇ ਰੂਪ, ਤਾਂ ਫਿਰ ਵੀ ਗ੍ਰੰਥ ਹੈ। ਕੋਈ ਆਖੋਗੇ ਵੀ ਚਲੋ ਰਾਮ ਕਿਸੇ ਹੋਰ ਦਾ ਨਾਮ ਹੈ, ਅੱਜ ਤਾਂ ਇਹ ਝਗੜਾ ਪੈ ਰਿਹਾ ਨਾ ਵੀ ਉੱਥੇ ਰਾਮ ਸ਼ਿਆਮ ਦੇ ਨਾਮ ਤੇ ਹੈ ਗ੍ਰੰਥ, ਉਸ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਹੋ ਸਕਦਾ। ਚਲੋ ਉਹ ਕਹਿੰਦੇ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਆਪਣੇ ਆਪ ਨੂੰ ਰਾਮ ਵੀ ਹੋਣਦੇ ਸਨ, ਸ਼ਾਮ ਵੀ ਹੋ, ਚਲੋ ਇੱਕ ਵੱਖਰੇ ਵਿਸ਼ੇ ਨੇ, ਪਰ ਇਹਦੇ ਵਿੱਚ ਤਾਂ ਕੋਈ ਪੜ੍ਹਦਾ ਵੀ ਨਹੀਂ, ਇਹਦੇ ਵਿੱਚ ਕੋਈ ਪੜ੍ਹਦਾ ਨਹੀਂ। ਔਰ ਵੱਡੀ ਦੁੱਖ ਵਾਲੀ ਗੱਲ ਹੈ ਕਿ ਇਸ 'ਚ ਇਹੋ ਜਿਹੇ ਕਿਸਮ ਦੇ ਜਿਹੜੀਆਂ ਲਿਖਤਾਂ ਨੇ ਉਹ ਤਖਤ ਪਟਨਾ ਸਾਹਿਬ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨੇ। ਇਹਦੇ ਦੋ ਹੀ ਕਾਰਨ ਹੋ ਸਕਦੇ, ਪੁੱਛੇਗਾ ਕੋਈ ਜਾ ਕੇ ਵੀ ਜੇ ਸੰਭਾਲ ਰੱਖੀਆਂ ਤਾਂ ਦੱਸੋ ਕਿਸ ਅਥਾਰਟੀ ਨਾਲ, ਜਾ ਕੇ ਤੁਸੀਂ ਇਹ ਗੱਲ ਮੰਨੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਹੈ ਤਾਂ ਹੀ ਸੰਭਾਲੋ, ਅਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਨਹੀਂ ਮੰਨਦੇ ਤਾਂ ਤੁਹਾਨੂੰ ਇੱਥੇ ਤੁਸ਼ਗਣ ਵਿੱਚ ਸੰਭਾਲ ਕੇ ਰੱਖਣ ਦੀ ਇਹ ਚੀਜ਼ ਦਾ ਹੱਕ ਕੋਈ ਨਹੀਂ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਹੈ ਕਿ ਉਹ ਸੰਗਤਾਂ ਨੂੰ ਮੁਖਾਤਬ ਕਰਕੇ ਮੰਗ ਕਰ ਸਕਦੇ ਨੇ ਕਿ ਇੰਨੇ ਹੁੱਕੇ ਭੇਜੋ, ਇੰਨੀਆਂ ਚਿਲਪਾਂ ਭੇਜੋ, ਇੰਨੇ ਤੰਬਾਕੂ ਦੀਆਂ ਚੀਜ਼ਾਂ ਭੇਜੋ, ਸੋਚੋ ਫਿਰ ਤੁਹਾਡੀਆਂ ਰਹਿਤਾਂ ਤੁਹਾਡੇ ਅੰਮ੍ਰਿਤ ਜਿੰਦੇ ਪਾਰੇ ਹਾਲ ਪਾਰੇ ਆਪ ਆਉਂਦੇ ਨੇ ਕਿ ਦੇਖੋ ਜੀ ਦਸਮ ਗ੍ਰੰਥ ਦੀਆਂ ਬਾਣੀਆਂ ਛੱਡ ਦਿੱਤੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਕਿਵੇਂ ਅੰਮ੍ਰਿਤ ਛਕਾ ਦਿੱਤਾ, ਜਿਹਦੇ ਵਿੱਚ ਨਿਰੋਲ ਅਤੇ ਨਿਰੋਲ ਗੁਰਮਤ ਹੈ, ਜਿਹਨੂੰ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਅੰਦਰ ਸੰਪਾਦਨਾ ਕੀਤੀ ਹੈ, ਜਿਹਦੇ ਵਿੱਚ ਕੋਈ ਧੋਖਾ ਨਹੀਂ ਸੀ ਹੋ ਸਕਦਾ, ਜਿੱਥੇ ਧੋਖਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ ਹੋ ਰਿਹਾ ਉਹਦੇ ਲਈ ਸਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਇਸ ਧੋਖੇ ਵਾਲੀਆਂ ਹਰ ਚੀਜ਼ਾਂ ਪੜ੍ਹੋ, ਇਹ ਤੁਹਾਡੇ ਨਿਤਨੇਮ ਵੀ ਸ਼ਾਮਿਲ ਹੋਣ, ਇਹ ਤੁਹਾਡੇ ਅੰਮ੍ਰਿਤ ਵਿੱਚ ਸ਼ਾਮਿਲ ਹੋਣ, ਪਰ ਜਿੱਥੇ ਧੋਖਾ ਨਹੀਂ ਹੋ ਸਕਦਾ ਉਹਦੇ ਨਾਲ ਤੁਸੀਂ ਕਿਉਂ ਅੰਮ੍ਰਿਤ ਤਿਆਰ ਕੀਤਾ?
ਇਹ ਸਾਡੇ ਸਾਹਮਣੇ ਸਬੂਤ ਮੈਂ ਇਸ ਲਈ ਰੱਖੇ ਨੇ ਤਾਂ ਕਿ ਇੱਥੋਂ ਦੀਆਂ ਸੰਗਤਾਂ ਆਉਣ ਵਾਲੀਆਂ ਜਿਹੜੀਆਂ ਨੇ ਉਹ ਚਾਹਣ ਤਾਂ ਇਹ ਸਬੂਤ ਦਾ ਹਰ ਇੱਕ ਪੱਖ ਜਿਹੜਾ ਉਹ ਦਾਸ ਦਿਖਾ ਸਕਦਾ, ਦੇਖ ਸਕਦੇ ਹੋ। ਕਮ ਸੇ ਕਮ ਇੱਥੋਂ ਦੀ ਸੰਗਤ ਜਿਹੜੀ ਹੈ ਉਹ ਅਗਾਂਹ ਪ੍ਰਚਾਰਕ ਬਣੇ। ਜਿੰਨੇ ਤੁਸੀਂ ਆਉਂਦੇ ਹੋ ਸਮੇਂ ਨੂੰ ਇਹ ਪ੍ਰਚਾਰਕ ਦੇ ਰੂਪ ਵਿੱਚ ਆਉਂਦੇ, ਮੈਂ ਕਹਿੰਦਾ ਜਿਹਦੇ ਕੋਲ ਨਹੀਂ ਅਜੇ ਤੱਕ ਸਟੱਡੀ ਉਹ ਕਰੇ, ਸਿਰਫ ਮੇਰੇ ਆਖੇ ਨਾ ਲੱਗੇ, ਪੜ੍ਹੇ, ਪੜ੍ਹ ਕੇ ਸਟੱਡੀ ਕਰਕੇ ਇੱਕ ਪ੍ਰਚਾਰਕ ਦਾ ਰੂਪ ਬਣੇ ਅਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ ਅਤੇ ਜਿੱਧਰ ਸਾਨੂੰ ਲਾਇਆ ਜਾ ਰਿਹਾ ਉਹ ਕੀ ਹੈ, ਜਿਹਦੇ ਨਿਤਨੇਮ ਸਾਨੂੰ ਸਿਖਾਏ ਜਾ ਰਹੇ ਨੇ ਉਹ ਕੀ ਹੈ ਅਤੇ ਜਿਸਦੇ ਨਿਤਨੇਮ ਤੋਂ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਉਹ ਕੀ ਹੈ। ਬਸ ਇਸੇ ਦਾ ਨਾਂ ਠੱਗੀ ਹੈ ਅਤੇ ਠੱਗੀ ਵੀ ਉਹ ਜਿਹੜੀ ਵਿਖੇ ਠਗੋਰੀ ਹੋਵੇ, ਜ਼ਹਿਰ ਵਰਗੀ ਠੱਗੀ, ਜੇ ਜ਼ਹਿਰ ਵਰਗੀ ਠੱਗੀ ਜਿਹੜੀ ਹੈ ਜਿਹੜੀ ਜੀਵਨ ਬਰਬਾਦ ਕਰ ਸਕਦੀ ਹੈ, ਜੇ ਅਸੀਂ ਉਸ ਠੱਗੀ ਨੂੰ ਵੀ ਨਾ ਪਰਖਿਆ ਨਾ ਪਛਾਣਿਆ ਅਤੇ ਜੀਵਨ ਦੀ ਆਉਣ ਵਾਲੇ ਭਵਿੱਖ ਬਾਰੇ ਅਸੀਂ ਕੀ ਸੋਚ ਸਕਦੇ ਹਾਂ। ਗੁਰੂ ਕਹਿੰਦੇ ਵਿਖੇ ਠਗੋਰੀ ਸਾਨੂੰ ਨਾ ਸਮਾਂ ਸੀ ਨਾ ਸਾਧਨ ਸਨ, ਗ੍ਰੰਥ ਕੌਣ ਪੜ੍ਹਦਾ ਸੀ, ਕਿੱਥੋਂ ਲਿਆਉਂਦਾ ਸੀ। ਹੁਣ ਤਾਂ ਤੁਸੀਂ ਕਿਸੇ ਵਿਸ਼ੇ ਨੂੰ ਲੈ ਕੇ ਖੋਜਣਾ ਚਾਹੋ, ਪਲਾਂ ਵਿੱਚ ਉਹਦਾ ਸਾਰਾ ਸਰੂਪ ਤੁਹਾਡੇ, ਹੁਣ ਵੀ ਧੋਖਾ ਖਾ ਜਾਈਏ ਅਸੀਂ, ਅਜੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਨਾ ਪਰਖ ਸਕੀਏ ਅਤੇ ਫਿਰ ਸਾਡੀ ਆਪਣੀ ਬਦਕਿਸਮਤੀ ਹੈ। ਮੈਂ ਦੇਖਣਾ ਜਦੋਂ ਲਗਾਤਾਰ ਕੁਛ ਸੰਗਤ ਕਰਨ ਵਾਲੇ ਲੋਕ ਵੀ ਅਜੇ ਅਦਲ ਬਾਂਡੇ ਖਲੋਤੇ ਨੇ, ਹਿੰਮਤ ਨਹੀਂ ਕਰ ਰਹੇ, ਜੁਰਤ ਉਹ ਭਰਿਓ, ਮੇਰੇ ਪਿੱਛੇ ਜੁਰਤ ਨਹੀਂ ਕਰਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿੱਛੇ ਹੀ ਜੁਰਤ ਕਰੋ। ਜੇ ਤੁਸੀਂ ਨਿਸੰਗ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਹੀਂ ਫੜੋਗੇ, ਨਿਚੱਕ ਹੋ ਕੇ ਇਹ ਨਹੀਂ ਆਖੋਗੇ ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸਾਡਾ ਨਿਤਨੇਮ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸਾਡਾ ਅੰਮ੍ਰਿਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਕਦੋਂ ਆਖੋਗੇ। ਸੋ ਇਸ ਲਈ ਜਾਗਰੂਕਤੀ ਦੀ ਲੋੜ ਹੈ,
ਇਹਨਾਂ ਸ਼ਬਦਾਂ ਨਾਲ ਮਾਤਾ ਜਾ ਚੀਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲ ਮਹਲਾ ਤੀਜਾ, ਅਨੰਦ ਕਿਉਂ ਕਾਰ